ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੌਤ ਨੇ ਜਿਹੜਾ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ, ਪੂਰੀ ਦੁਨੀਆ ਨੂੰ, ਪੂਰੀ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ। ਅੱਜ ਫਿਰ ਮੈਂ ਸਮਝਦਾ ਮਨੁੱਖਤਾ ਦਾ ਕਤਲ ਜਿਹੜਾ ਹੋਇਆ ਗਾ, ਇਹ ਅੱਜ 21ਵੀਂ ਸਦੀ ਦੇ ਵਿੱਚ ਇੱਕ ਪਾਸੇ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਾਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਹਾਂ, ਪਰ ਲੇਕਿਨ ਉਹਦੀਆਂ ਸਿੱਖਿਆਵਾਂ ਨੂੰ ਮੰਨਣ ਤੋਂ ਬਹੁਤ ਇਨਕਾਰੀ ਹੈ। ਜਾਤੀਗਤ ਜਿਹੜਾ ਮਰਡਰ ਹੋਇਆ, ਇਹਦੀ ਜਿੰਨੀ ਨਿਖੇਧੀ ਕੀਤੀ ਜਾਣੀ ਥੋੜ੍ਹੀ ਹੈ, ਕਿਉਂਕਿ ਸਮਾਜ ਹਜੇ ਵੀ ਜਿਹੜਾ ਹੈਗਾ ਉਹ ਛੋਟੀਆਂ ਛੋਟੀਆਂ ਲੜਾਈਆਂ ਨੂੰ ਜਿਹੜਾ ਇਸ ਤੱਕ ਅੰਜਾਮ ਦਿੰਦਾ, ਬਹੁਤ ਹੀ ਮਾੜੀ ਗੱਲ ਹੈ। ਉਹਦੇ ਦੋ ਛੋਟੇ ਛੋਟੇ ਬੱਚੀਆਂ ਔਰ ਬੱਚਾ ਜਿਹੜਾ ਹੈਗਾ ਉਹ ਆਪਦਾ ਉਹਨਾਂ ਦਾ ਸਾਇਆ ਉੱਠ ਗਿਆ, ਜੇ ਛੋਟੀ ਉਮਰ ਦੇ ਵਿੱਚ ਉਹਨਾਂ ਦਾ ਜਿਹੜਾ ਪਿਤਾ ਸੀ ਇਸ ਦਰਿੰਦਗੀ ਦਾ ਸ਼ਿਕਾਰ ਹੋ ਕੇ ਚਲਿਆ ਗਿਆ। ਦੇਖੋ ਤੁਸੀਂ ਸਾਰਿਆਂ ਨੇ ਖੁਦ ਵੀ ਦੇਖਿਆ ਕਿ ਪਰਿਵਾਰ ਦਾ ਸਾਡੇ ਨਾਲ ਜਿਹੜਾ ਦੁਖੀ ਪਰਿਵਾਰ ਹੈ, ਸਾਡਾ ਇੱਕ ਪਰਿਵਾਰ ਕਸ਼ਤਾ ਹੈ, ਸਾਡੇ ਆਪ ਧਰਮ ਇਤਿਹਾਸ ਤੋ ਇਹ ਜਿਹੜੀ ਸਮਝਦੀਆਂ ਅਣਮਨੁੱਖੀ ਐਸੀ ਕਿਰਿਆ ਹਰਕਤ ਤਰੀਕੇ ਨਾਲ ਕੀਤੀ ਹੈਗੀ ਜਿਹਨੂੰ ਆਪਾਂ ਜਾਲਮਾਨਾ ਕਹਿੰਦੇ ਹਾਂ, ਉਹਦੀ ਸਖ਼ਤ ਨਿੰਦਾ ਸਾਰੇ ਕਰਦੇ ਆ। ਲੇਕਿਨ ਉਹਦੇ ਵਿੱਚ ਪੂਰਾ ਸਰਕਾਰ ਨੇ ਆਪਣੀ, ਜਿਸ ਤਰ੍ਹਾਂ ਦੱਸਿਆ ਬਿਜਿੰਦਰ ਸਿੰਗਲਾ ਜੀ ਨੇ, ਇਹ ਵੀ ਇੱਥੋਂ ਐਮ ਪੀ ਵੀ ਰਹੇ ਨੇ, ਅੱਜ ਕੈਬਨਿਟ ਦੇ ਮਿਨਿਸਟਰ ਵੀ ਨੇ, ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ SSP, ਹਰ ਇੱਕ ਨੇ ਜੋ ਤੁਹਾਨੂੰ ਡਿਟੇਲ ਦੱਸੀ ਹੈਗੀ, ਜਦੋਂ ਜਦੋਂ ਪਤਾ ਲੱਗਿਆ ਉਸੇ ਤਰੀਕੇ ਨਾਲ ਦੀ ਨਾਲ ਪੁਲਿਸ ਐਕਸ਼ਨ, ਐਡਮਿਨਿਸਟ੍ਰੇਟਿਵ ਐਕਸ਼ਨ ਹੋਏ ਨੇ ਔਰ ਨਾਲ ਰਿਲੀਫ ਐਕਸ਼ਨ ਹੋਏ ਨੇ। ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ। ਸਾਡੇ ਸਾਰੇ 2 MLAs ਆਏ ਸੀ, ਉਹਨਾਂ ਨੂੰ ਵੀ ਸਾਰਿਆਂ ਨੇ ਕਿਹਾ। ਅਸੀਂ ਹਾਈ ਕੋਰਟ ਦੇ ਵਿੱਚ ਵੀ ਰਿਕੁਐਸਟ ਕਰ ਰਹੇ ਹਾਂ ਕਿ ਇਹ ਫਾਸਟ ਟਰੈਕ ਰਾਹੀਂ ਇਹੋ ਜਿਹੇ ਕੇਸਾਂ ਦੇ ਉੱਤੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਹੋ ਜਿਹਾ ਕਹਿਰ ਕੋਈ ਮੁੜ ਕੇ ਨਾ ਵਰਤਾਵੇ। ਅਤੇ ਸਾਨੂੰ ਪੂਰੀ ਇਸ ਪਰਿਵਾਰ ਨਾਲ ਹਮਦਰਦੀ ਹੈ, ਮੈਂ ਥੈਂਕਸ ਕਰਦੀ ਹਾਂ ਅਸੀਂ ਸਾਰੇ, ਬਲਕਿ ਐਡਮਿਨਿਸਟ੍ਰੇਸ਼ਨ ਵੱਲੋਂ, ਸਾਰੇ ਡਿਸਟ੍ਰਿਕਟ ਵੱਲੋਂ, CM ਸਾਹਿਬ ਦਾ, ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਆਪਣਾ ਇਹਦੇ 'ਤੇ ਵੱਧ ਤਵੱਜੋ ਦੇ ਕੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਹਦਾਇਤਾਂ ਕਰਕੇ ਇੱਥੇ ਆਪਣੀ ਸਰਕਾਰ ਦੇ ਵੱਲੋਂ ਜੋ ਹਮਦਰਦੀ ਪ੍ਰਗਟ ਕੀਤੀ ਹੈ, ਜੋ ਮਦਦ ਕਰ ਸਕੇ ਉਹ ਵੀ ਕੀਤੀ ਹੈ, ਔਰ ਹਾਇਰ ਲੈਵਲ 'ਤੇ ਵੀ ਉਹਨਾਂ ਨੇ DGP ਜਾਂ ਚੀਫ ਸੈਕਟਰੀ, ਉਹਨਾਂ ਦੀ ਕਮੇਟੀਜ਼ ਬਣਾ ਕੇ ਤਾਂ ਕਿ ਇਸ ਕੇਸ ਨੂੰ ਕੋਈ ਵੀ ਕਿਤੇ ਢਿੱਲ ਨਾ ਵਰਤੀ ਜਾ ਸਕੇ, ਇਸ ਤਰ੍ਹਾਂ ਦਾ ਤਵੱਜੋ ਦਿੱਤੀ ਹੈਗੀ ਹੈ। ਸਾਰਿਆਂ ਨੂੰ ਸਾਨੂੰ ਪੂਰਾ ਇਸ 'ਤੇ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਕੇਸ ਵਿੱਚ, ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ, ਸਾਨੂੰ ਸਮਾਜ ਅਤੇ ਸਰਕਾਰ ਦੋਨਾਂ ਨੂੰ ਜਦੋਂ ਮਿਲ ਕੇ ਇਸ ਚੱਲਾਂਗੇ, ਇਸ ਤਰ੍ਹਾਂ ਦੇ ਐਲੀਮੈਂਟ ਘਟਾਉਣ 'ਚ ਅਸੀਂ ਅੱਗੇ ਵੱਧ ਸਕਾਂਗੇ। ਵਿਚਾਰ ਨਹੀਂ ਕੀਤਾ ਗਿਆ ਸਰਕਾਰ ਨੇ ਔਰ ਪਰਿਵਾਰ ਨੇ, ਔਰ ਜੋ ਕਮੇਟੀ ਦੇ ਕੱਲ੍ਹ ਬੈਠ ਕੇ ਫੈਸਲਾ ਕੀਤਾ ਸੀ ਉਸਨੂੰ ਪ੍ਰਵਾਨ ਕੀਤਾ ਗਿਆ। 6 ਲੱਖ ਰੁਪਏ ਦਾ ਮੁਆਵਜ਼ੇ ਦਾ ਚੈੱਕ ਅਸੀਂ ਪਰਿਵਾਰ ਨੂੰ ਅੱਜ ਦਿੱਤਾ, ਔਰ ਬਾਕੀ ਜਿਹੜਾ 14 ਲੱਖ ਰੁਪਇਆ ਹੋਰ ਦੇਣਾ ਉਹ ਭੋਗ ਵਾਲੇ ਦਿਨ ਸਰਕਾਰ ਵੱਲੋਂ ਦਿੱਤਾ ਜਾਊਗਾ ਚੀਫ CM ਸਾਹਿਬ ਦੇ ਰਿਲੀਫ ਫੰਡ 'ਚੋਂ। ਬਿਕੋਜ਼ ਸਾਰੀ ਜਿਹੜੀ ਇਹ ਪ੍ਰਵਾਨਗੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸਹਿਮਤੀ ਨਾਲ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਈ ਹੈ। ਪਰਿਵਾਰ ਨੂੰ ਨੌਕਰੀ ਦੇਣ ਦਾ ਵਾਅਦਾ, ਉਹਨਾਂ ਦੀ ਐਪਲੀਕੇਸ਼ਨ ਲਿੱਤੀ ਹੈ ਕਿਹੜੀ ਜਗ੍ਹਾ ਦੇ ਉੱਪਰ ਹੋਣੀ ਹੈ, ਇਸ ਨੂੰ ਅਸੀਂ ਸਾਈਡ ਬਾਈ ਸਾਈਡ ਕਰਕੇ, ਕਿਉਂਕਿ ਦੈਟ ਹੈਜ਼ ਟੂ ਗੋ ਟੂ ਕੈਬਨਿਟ, ਅਤੇ ਬੱਚਿਆਂ ਦੀ ਦੋਨਾਂ ਦੀ ਪੜ੍ਹਾਈ ਅਪ ਟੂ BA ਲੈਵਲ ਜਾਂ ਜੋ ਘਰ ਠੀਕ ਹੋਣਾ ਹੈ ਉਸ ਵਾਸਤੇ ਤਜਵੀਜ਼ DC ਸਾਹਿਬ ਨੇ ਆਲਰੇਡੀ ਪਰਿਵਾਰ ਤੋਂ ਲਿੱਤੀ ਹੈ ਅਤੇ ਉਸ ਦਾ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾ ਦਾਂਗੇ। ਸੋ ਇਸ ਕਰਕੇ ਜੋ ਸਰਕਾਰ ਦਾ ਸਹਿਮਤੀ ਪਰਿਵਾਰ ਨਾਲ ਕੱਲ੍ਹ ਬਣੀ ਸੀ ਉਸ ਦੇ ਉੱਪਰ ਸਰਕਾਰ ਪੂਰਾ ਪਾਬੰਦ ਹੈ। ਅੱਜ ਮੈਂ ਅਤੇ ਸਾਡੇ ਸਤਿਕਾਰਯੋਗ ਸਾਬਕਾ ਮੁੱਖ ਮੰਤਰੀ ਪੰਜਾਬ BB ਭੱਠਲ ਜੀ ਅਤੇ DC ਸਾਹਿਬ ਅਤੇ SSP ਸਾਹਿਬ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ, ਅਸੀਂ ਸਾਰੇ ਉਰੇ ਇਸ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅੱਜ ਸੰਸਕਾਰ ਹੋ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਅਸੀਂ ਸਾਰੇ ਹਾਜ਼ਰ ਹੋਏ। ਸਵਾਲ ਇਹੀ ਹੈ ਕਿ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਨ, ਇਸ ਨੂੰ ਲੈ ਕੇ ਸਰਕਾਰ ਕੀ ਕਦਮ ਚੁੱਕ ਰਹੀ ਹੈ, ਕਿਉਂਕਿ ਹੁਣ ਵੀ ਆਵਾਜ਼ ਜਿਹੜੀ ਗੂੰਜ ਰਹੀ ਹੈ ਇਨਸਾਫ਼ ਦੇਣ ਦੀ ਆਵਾਜ਼ ਚੁੱਕ ਗੂੰਜ ਰਹੀ। ਦੇਖੋ ਗੱਲ ਇਹ ਹੈ ਕਿ ਜਿੱਥੇ ਤੱਕ ਸਰਕਾਰ ਦੀ ਗੱਲ ਹੈ, ਇਨਸਾਫ਼ ਦੀ ਗੱਲ ਹੈ, ਇਹੋ ਜਿਹੀਆਂ ਘਟਨਾ ਨਾ ਵਾਪਰਨ ਉਸ ਦੀ ਗੱਲ ਹੈ। ਜਦੋਂ ਇਹ ਵਾਲਾ ਕੇਸ ਸਰਕਾਰ ਦੇ ਸਾਹਮਣੇ ਆਇਆ ਸੀ, ਜਦੋਂ ਵੀ ਇਹਨਾਂ ਨੇ ਆਪਣੇ ਜਗਵੀਰ ਨੂੰ ਹਸਪਤਾਲ 'ਚ ਐਡਮਿਟ ਕੀਤਾ, ਪੁਲਿਸ ਦੇ ਧਿਆਨ 'ਚ ਗੱਲ ਆਈ, ਉਸੇ ਵੇਲੇ ਚਾਰੋ ਦੋਸ਼ੀਆਂ ਦੇ ਉੱਪਰ ਕਿਡਨੈਪਿੰਗ ਦਾ ਪਰਚਾ ਦਰਜ ਹੋਇਆ ਸੀ ਔਰ 1 ਦਿਨ ਦੇ ਅੰਦਰ ਚਾਰੋ ਦੇ ਚਾਰੋ ਦੋਸ਼ੀਆਂ ਨੂੰ ਪੁਲਿਸ ਨੇ ਫੜ ਕੇ ਅੰਦਰ ਕਰਤਾ ਸੀ। ਤੋ ਇਸ ਕਰਕੇ ਸਰਕਾਰ ਦੇ ਜਾਂ ਕਾਨੂੰਨ ਦੇ ਖਿਲਾਫ਼ ਕੋਈ ਵੀ ਬੰਦਾ ਕੰਮ ਕਰਦਾ ਤਾਂ ਉਸ 'ਤੇ ਸਖ਼ਤ ਕਾਰਵਾਈ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਹੋਵੇ, ਇਹੀ ਇੱਕ ਜ਼ਿੰਮੇਵਾਰ ਸਰਕਾਰ ਦਾ ਕੰਮ ਹੁੰਦਾ ਔਰ ਦੋਸ਼ੀਆਂ ਨੂੰ ਸਹੀ ਸਜ਼ਾ ਮਿਲੇ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਅੱਜ ਇਸ ਗੱਲ ਦਾ ਵੀ ਐਲਾਨ ਸਰਕਾਰ ਨੇ ਕੀਤਾ ਕਿ ਵਿਦਇਨ 7 ਡੇਜ਼ ਅਸੀਂ ਇਸ ਕੇਸ ਦਾ ਚਲਾਨ ਪੇਸ਼ ਕਰਾਂਗੇ
ਔਰ ਸਾਡੀ ਕੋਸ਼ਿਸ਼ ਰਹੂਗੀ ਸਰਕਾਰ ਵੱਲੋਂ ਕਿ ਵਿਦਇਨ 3 ਮੰਥਸ ਇਸ ਕੇਸ ਦਾ ਫੈਸਲਾ ਹੋਵੇ ਜੱਜ ਸਾਹਿਬ ਵੱਲੋਂ ਤਾਂ ਕਿ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲ ਸਕੇ। ਇਹਦੀ ਮੌਤ ਨੇ ਜਿਹੜਾ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ, ਪੂਰੀ ਦੁਨੀਆ ਨੂੰ, ਪੂਰੀ ਇਨਸਾਨੀਅਤ ਨੂੰ ਝੰਜੋੜ ਕੇ ਰੱਖਤਾ। ਅੱਜ ਫਿਰ ਮੈਂ ਸਮਝਦਾ ਮਨੁੱਖਤਾ ਦਾ ਕਤਲ ਜਿਹੜਾ ਹੋਇਆ ਗਾ, ਇਹ ਅੱਜ 21ਵੀਂ ਸਦੀ ਦੇ ਵਿੱਚ ਇੱਕ ਪਾਸੇ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਾਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਹਾਂ, ਪਰ ਲੇਕਿਨ ਉਹਦੀਆਂ ਸਿੱਖਿਆਵਾਂ ਨੂੰ ਮੰਨਣ ਤੋਂ ਬਹੁਤ ਇਨਕਾਰ ਹੀ ਹੈ। ਜਾਤੀਗਤ ਜਿਹੜਾ ਮਰਡਰ ਹੋਇਆ, ਇਹਦੀ ਜਿੰਨੀ ਨਿਖੇਧੀ ਕੀਤੀ ਜਾਣੀ ਉਹਨੂੰ ਥੋੜ੍ਹੀ ਹੈ, ਕਿਉਂਕਿ ਸਮਾਜ ਹਜੇ ਵੀ ਜਿਹੜਾ ਹੈਗਾ ਉਹ ਛੋਟੀਆਂ ਛੋਟੀਆਂ ਲੜਾਈਆਂ ਨੂੰ ਜਿਹੜਾ ਇਸ ਤੱਕ ਅੰਜਾਮ ਦਿੰਦਾ ਹੈ, ਬਹੁਤ ਹੀ ਮਾੜੀ ਗੱਲ ਹੈ। ਉਹਦੇ ਦੋ ਛੋਟੇ ਛੋਟੇ ਬੱਚੀਆਂ ਔਰ ਬੱਚਾ ਜਿਹੜਾ ਹੈਗਾ ਉਹ ਆਪਦਾ ਉਹਨਾਂ ਦਾ ਸਾਇਆ ਉੱਠ ਗਿਆ, ਜੇ ਛੋਟੀ ਉਮਰ ਦੇ ਵਿੱਚ ਉਹਨਾਂ ਦਾ ਜਿਹੜਾ ਪਿਤਾ ਸੀ ਇਸ ਦਰਿੰਦਗੀ ਦਾ ਸ਼ਿਕਾਰ ਹੋ ਕੇ ਚਲਿਆ ਗਿਆ। ਸੋ ਇਹਦੀ ਨਿਖੇਧੀ ਜਿੰਨੀ ਘੱਟ ਕਰਨੀ ਆ ਉਹ ਘੱਟ ਆ। ਦੇਖੋ ਜਿਹਨੇ ਵੀ ਜਿਹੜਾ ਵੀ ਪੁਲਿਸ ਅਧਿਕਾਰੀ, ਜਿਹੜਾ ਵੀ ਮੈਡੀਕਲ ਦਫ਼ਤਰ ਅਧਿਕਾਰੀ, ਕੋਈ ਡਾਕਟਰ ਜਾਂ ਜਿਹੜਾ ਵੀ ਪੋਲੀਟੀਸ਼ੀਅਨ ਇਸ ਸਾਜ਼ਿਸ਼ ਦੇ ਪਿੱਛੇ ਆ, ਸਭ ਦਾ ਪਰਦਾ ਫਾਸ਼ ਹੋਣਾ ਚਾਹੀਦਾ ਔਰ ਸਾਰਿਆਂ ਦੇ ਖਿਲਾਫ਼ ਇਨਕੁਆਇਰੀ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ, ਤਾਂ ਕਿ ਸਭ ਨੂੰ ਸਜ਼ਾ ਮਿਲ ਸਕੇ ਔਰ ਸਮਾਜ ਨੂੰ ਵੀ ਪਤਾ ਲੱਗ ਸਕੇ ਵੀ ਕੌਣ ਵਿਅਕਤੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜਾ ਹੱਲਾਸ਼ੇਰੀ ਦਿੰਦੇ ਨੇਗੇ, ਉਹ ਸਾਰਿਆਂ ਦਾ ਪਰਦਾ ਫਾਸ਼ ਹੋਣਾ ਚਾਹੀਦਾ, ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ। ਦੇਖੋ ਜਿਹਦਾ ਵੀ ਨਾਂ ਸਾਹਮਣੇ ਆ ਰਿਹਾ ਹੈਗਾ, ਚਾਹੇ ਉਹ ਹਿੰਦਰੀ ਦਾ ਜਾਂ ਕਿਸੇ ਹੋਰ ਦਾ, ਜਿਹਦਾ ਵੀ ਨਾਂ ਸਾਹਮਣੇ ਆ ਰਿਹਾ, ਚਾਹੇ ਡਾਕਟਰ ਹੈਗਾ ਜਾਂ ਚਾਹੇ ਕੋਈ ਥਾਣੇਦਾਰ ਜਾਂ ਪੁਲਿਸ ਅਫਸਰ ਆ, ਸਾਰਿਆਂ ਦੇ ਖਿਲਾਫ਼ ਮੈਂ ਸਮਝਦਾ ਕਾਨੂੰਨ ਦੇ ਮੁਤਾਬਕ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇਹ ਜਿਹੜਾ ਮਰਡਰ ਆ ਸਾਡੇ ਸਮਾਜ ਦੇ ਉੱਤੇ ਬਹੁਤ ਵੱਡਾ ਕਲੰਕ ਆ। ਔਰ ਮੈਂ ਇੱਥੋਂ ਇਹ ਸਿੱਧ ਹੁੰਦਾ ਕਿ ਅਸੀਂ ਸਾਡੀ ਸੁਸਾਇਟੀ ਨੇ ਕੋਈ ਪ੍ਰੋਗਰੈਸ ਨਹੀਂ ਕੀਤੀ, ਸਾਡੇ ਸਮਾਜ ਨੇ ਕੋਈ ਤਰੱਕੀ ਨਹੀਂ ਕੀਤੀ, ਅਸੀਂ ਹਜੇ ਵੀ ਮੈਂ ਸਮਝਦਾ 18ਵੀਂ 17ਵੀਂ ਸਦੀ ਵਾਲੀਆਂ ਜਿਹੜੀਆਂ ਗੱਲਾਂ ਕਰ ਰਹੇ ਹਾਂ। ਸੋ ਇਹ ਨਹੀਂ ਹੋਣੇ ਚਾਹੀਦੇ, ਇੱਕ ਪਾਸੇ ਚੰਨ 'ਤੇ ਜਾਣ ਵਾਲੀਆਂ ਗੱਲਾਂ ਨੇ, ਦੂਜੇ ਪਾਸੇ ਹਜੇ ਵੀ ਅਸੀਂ ਜਿਹੜਾ ਇਹ ਜਾਤੀਗਤ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਬਰੂਟਲ ਔਰ ਬਹੁਤ ਹੀ ਮਾੜੀ ਜਿਹੜੀ ਘਟਨਾ ਨੂੰ ਅੰਜਾਮ ਦੇ ਰਹੇ ਹਾਂ। ਦੇਖੋ ਇਹ ਹੁਣ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਉਹ 'ਤੇ ਡਿਪੈਂਡ ਕਰਦਾ, ਪ੍ਰੋਸੀਕਿਊਸ਼ਨ ਡਿਪਾਰਟਮੈਂਟ 'ਤੇ ਡਿਪੈਂਡ ਕਰਦਾ ਵੀ ਕਿੰਨੀ ਜਲਦੀ ਚਲਾਣ ਪੇਸ਼ ਹੁੰਦਾ ਔਰ ਕਿੰਨੀ ਜਲਦੀ ਜਿਹੜਾ ਹੈਗਾ ਉਸ ਕੇਸ ਦੀ ਅੱਗੇ ਸੁਣਵਾਈ ਸ਼ੁਰੂ ਹੁੰਦੀ ਆ। ਉਸ ਤੋਂ ਬਾਅਦ ਜਿਹੜਾ ਹੈਗਾ ਸੁਣਵਾਈ ਦੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੇ ਜਾਂ ਜਿਹੜੇ ਵੀ ਜਿਹੜੇ ਵਿਟਨੈਸ ਗਵਾਹ ਜਿਹੜੇ ਹੈਗੇ ਨੇ ਪੁਲਿਸ ਨੇ ਸਾਈਟ ਕੀਤੇ ਨੇ, ਉਹਨਾਂ ਦੇ ਗਵਾਹਾਂ ਆਉਣਗੀਆਂ। ਉਸ ਤੋਂ ਬਾਅਦ ਜਿਹੜਾ ਇਹਦਾ ਫੈਸਲਾ ਹੋ ਜੂ, 3 ਮਹੀਨੇ 'ਚ ਫੈਸਲਾ ਬਿਲਕੁਲ ਹੋਣਾ ਚਾਹੀਦਾ। ਉਹ ਵੈਸੇ ਕਾਨੂੰਨ 'ਚ ਲਿਖਿਆ ਹੋਇਆ, ਜਿਹੜਾ ਸ਼ਡਿਊਲ ਕਾਸਟ SC ST ਕਾਨੂੰਨ ਆ, ਉਹ 'ਚ ਬੜਾ ਸਪੱਸ਼ਟ ਲਿਖਿਆ ਹੋਇਆ ਹੈਗਾ ਕਿ ਜਿਹੜਾ ਵੀ SC ST ਦਾ ਕੇਸ ਆ ਉਹਦੀ ਸੁਣਵਾਈ ਜਿਹੜੀ ਹੈ ਤੇਜ਼ ਹੋਣੀ ਚਾਹੀਦੀ ਔਰ ਉਹਦੇ ਲਈ ਸਪੈਸ਼ਲ ਕੋਰਟ ਪਹਿਲਾਂ ਹੀ ਕਾਨੂੰਨ 'ਚ ਨਿਰਧਾਰਤ ਆ। ਸੋ ਮੈਂ ਸਮਝਦਾ ਇਹਦੇ ਤੇਜ਼ੀ ਨਾਲ ਕਾਰਵਾਈ ਹੋਣੀ ਚਾਹੀਦੀ। ਰਾਜਨੀਤਿਕ ਪਾਰਟੀਆਂ ਜਿਹੜੇ ਪੰਜਾਬ ਸਰਕਾਰ ਦਾ ਪਰਿਵਾਰ ਦਾ ਸਮਝੌਤਾ ਹੋਇਆ, ਇਹਦੇ ਉੱਤੇ ਵੀ ਸਵਾਲ ਜਿਹੜਾ ਉਠਾਏ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਇਹ ਘੱਟ ਜਿਹੜਾ, ਦੇਖੋ ਜਦੋਂ ਕੋਈ ਵੀ ਵਿਅਕਤੀ ਇਸ ਦੁਨੀਆ ਤੋਂ ਚਲਾ ਜਾਂਦਾ, ਮੈਂ ਸਮਝਦਾ ਉਸ ਤੋਂ ਵੱਡਾ ਘਾਟਾ ਕਿਸੇ ਨੂੰ ਵੀ ਨਹੀਂ ਪੈ ਸਕਦਾ, ਪਰਿਵਾਰ ਨੂੰ ਨਹੀਂ ਪੈ ਸਕਦਾ, ਨਾ ਹੀ ਉਹ ਘਾਟਾ ਪੂਰਿਆ ਜਾ ਸਕਦਾ। ਉਹ ਕਿਸੇ ਪੈਸਿਆਂ ਦੇ ਨਾਲ ਨਹੀਂ ਪੂਰਿਆ ਜਾ ਸਕਦਾ, ਉਹ ਸਿਰਫ ਅਤੇ ਸਿਰਫ ਪਰਿਵਾਰ ਨੂੰ, ਪਰਿਵਾਰ ਦਾ ਜਿਹੜਾ ਹੈਗਾ ਰੋਜ਼ੀ ਰੋਟੀ ਚਲਾਉਣ ਦਾ, ਮੈਂ ਸਮਝਦਾ ਉਹਨੂੰ ਅੱਗੇ ਵਧਾਉਣ ਦਾ ਹੀਲਾ ਤਾਂ ਹੋ ਸਕਦਾ, ਪਰ ਲੇਕਿਨ ਉਹ ਘਾਟਾ ਨਹੀਂ ਪੂਰਿਆ ਜਾ ਸਕਦਾ। ਪਰ ਇਹ ਸਾਰਾ ਕੋਲੈਕਟਿਵਲੀ ਫੈਸਲਾ ਹੋਇਆ, ਪੂਰੇ ਪਰਿਵਾਰ ਨੇ, ਪੂਰੀਆਂ ਜਥੇਬੰਦੀਆਂ ਨੇ, ਕਿਉਂਕਿ ਬਹੁਤ ਸਾਰੇ ਜਥੇਬੰਦੀ ਦੇ ਆਗੂ ਸਾਹਿਬਾਨ ਨੇ ਜਿਹੜੇ ਉਹ ਬੜੇ ਹੰਢੇ ਹੋਏ ਨੇ ਕਿ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ। ਸੋ ਜਿਵੇਂ ਪਰਿਵਾਰ ਨੂੰ ਪ੍ਰਵਾਨ ਹੋਇਆ ਉਹ ਉਸੇ ਤਰ੍ਹਾਂ ਹੋਏਗਾ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ, ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ, ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 400 66 77 009।